ਰਹਿਮਾਨ ਰਹੀਮ ਅਸਲਾਮ ਅਲੈਕੁਮ ਰੌਕ ਫਾਰਮੀ ਯੂਟਿਊਬ ਫੇਸਬੁੱਕ ਚੈਨਲ ਵੇਖਣ ਵਾਲੇ ਸਾਰੇ ਵੀਰਾਂ ਸੱਜਣਾਂ ਨੂੰ ਇੱਕ ਵਾਰੀ ਫਿਰ ਖੁਸ਼ ਆਮਦੀਦ ਕਹਿੰਦੇ ਹਾਂ ਜਨਾਬ। ਚੌਕ ਆਜ਼ਮ ਦੇ ਬੱਕਰਾ ਮੰਡੀ ਰੋਜ਼ ਮੰਗਲ ਮੰਡੀ ਲੱਗਦੀ ਹੈ, ਜ਼ਿਲ੍ਹਾ ਲਈਆ, ਜਨੂਬੀ ਪੰਜਾਬ, ਪਾਕਿਸਤਾਨ। ਮੈਂ ਤੁਹਾਡਾ ਆਪਣਾ ਹੋਸਟ ਮੀਆਂ ਫਾਜੀ। ਮਈ 2024 ਦੀ ਅਪਡੇਟ ਹੈ ਜਨਾਬ ਬੱਕਰਾ ਮੰਡੀ ਦੀ, ਅਤੇ ਕੁਰਬਾਨੀ ਸੀਜ਼ਨ 2024 ਵਾਸਤੇ ਜਿਨ੍ਹਾਂ ਦੋਸਤਾਂ ਨੇ ਖਰੀਦਦਾਰੀ ਕਰਨੀ ਹੈ। ਬਹੁਤ ਵੱਡੀ ਮੰਡੀ ਹੈ ਜੀ, ਚੌਕ ਆਜ਼ਮ ਦੀ, MM ਰੋਡ, ਮੁਜ਼ੱਫਰਗੜ੍ਹ, ਮੀਆਂ ਵਾਲੀ ਮੇਨ ਰੋਡ ਹੈ। ਚੌਕ ਆਜ਼ਮ ਸਿਟੀ ਹੈ, ਮੁਲਤਾਨ ਤੋਂ ਨਜ਼ਦੀਕ ਚੌਕ ਮੁੰਡਾ, ਚੌਕ ਆਜ਼ਮ, ਫਤਿਹਪੁਰ, ਬੱਕਰ, ਇਹ ਸਾਰੇ ਸਿਟੀ ਨਾਲ ਨਾਲ ਨੇ ਮਾਸ਼ਾਅੱਲਾ ਜੀ। ਕੁਰਬਾਨੀ ਸੀਜ਼ਨ 2024 ਸਟਾਰਟ ਹੋ ਚੁੱਕਿਆ ਜੀ, ਔਰ ਮੰਡੀ ਦੀਆਂ ਧੂੜਾਂ ਅਰੂਜ 'ਤੇ ਹਨ, ਰਸ਼ ਪੈ ਗਿਆ, ਗਸ਼ ਪੈ ਗਿਆ। ਜਿਨ੍ਹਾਂ ਦੋਸਤਾਂ ਨੇ ਖਰੀਦਦਾਰੀ ਕਰਨੀ ਹੈ, ਟਾਈਮ ਦੇ ਨਾਲ ਆਓ। ਮੰਡੀਆਂ ਦੇ ਵਿੱਚ ਹਾਲੇ ਮਾਲ ਸਸਤੇ ਨੇ, ਜਿਉਂ ਜਿਉਂ ਕੁਰਬਾਨੀ ਨਜ਼ਦੀਕ ਆਉਂਦੀ ਜਾਏਗੀ ਅਤੇ ਰੇਟ ਵੀ ਤੇਜ਼ ਹੁੰਦੇ ਜਾਣਗੇ, ਰਸ਼ ਵੀ ਬਣਦਾ ਜਾਏਗਾ। ਹੁਣ ਲੋਕ ਵਾਢੀਆਂ ਤੋਂ, ਕਣਕਾਂ ਦੀ ਕਟਾਈਆਂ ਤੋਂ ਵਿਹਲੇ ਹੋ ਗਏ ਨੇ ਮਾਸ਼ਾਅੱਲਾ। ਲਾਹੌਰੀਆਂ ਕੋਲ ਵੀ ਪੈਸਾ ਆ ਗਿਆ, ਮੁਲਤਾਨੀਆਂ ਕੋਲ, ਫੈਸਲਾਬਾਦੀਆਂ ਕੋਲ ਵੀ ਪੈਸਾ ਆ ਗਿਆ। ਬਈ ਜ਼ਿਮੀਦਾਰ ਕੋਲ ਪੈਸਾ ਆ ਜਾਵੇ ਤਾਂ ਸਮਝੋ ਪੂਰੇ ਮੁਲਕ 'ਚ ਪੈਸਾ ਆ ਜਾਂਦਾ। ਅੱਲਾਹ ਤਾਲਾ ਸਾਡੀ ਗੌਰਮੈਂਟ ਨੂੰ ਵੀ ਹਦਾਇਤ ਦੇਵੇ ਕਿ ਜਿਹੜੇ ਜ਼ਿਮੀਦਾਰਾਂ ਨੂੰ ਨੁਕਸਾਨ ਕਰ ਰਹੇ ਨੇ ਗੰਦਮ ਦਾ ਰੇਟ ਕੰਮ ਕਰਕੇ, ਅੱਲਾਹ ਨੂੰ ਹਦਾਇਤ ਦੇਵੇ। ਕਿਉਂਕਿ ਸਾਡੀ ਰੀੜ੍ਹ ਦੀ ਹੱਡੀ ਜ਼ਰਾਤ ਹੈ, ਮਈਸ਼ਤ ਸਾਰੀ ਜ਼ਰਾਤ ਦੇ ਜ਼ਰੀਏ ਚੱਲਦੀ ਹੈ। ਬਸ ਅੱਲਾਹ ਪਾਕ ਹਦਾਇਤ ਦੇਵੇ ਜੀ। ਮਾਸ਼ਾਅੱਲਾ ਜੀ, ਅਸੀਂ ਰੇਟ ਸ਼ੇਅਰ ਕਰਦੇ ਹਾਂ। ਨਵੇਂ ਆਉਣ ਵਾਲੇ ਸੱਜਣ ਮਿੱਤਰ ਦਾ ਚੈਨਲ ਨੂੰ ਫਾਲੋ ਅਤੇ ਸਬਸਕ੍ਰਾਈਬ ਲਾਜ਼ਮੀ ਕਰੋਗੇ। ਰੇਟ ਸੁਣ ਕੇ ਕੀ ਰੇਟ ਚੱਲ ਰਹੇ ਨੇ ਅੱਜ ਲਾਟਾਂ ਦੇ, ਮਾਸ਼ਾਅੱਲਾ ਦੁੰਦੇ ਕੁਰਬਾਨੀ ਵਾਲੇ ਸੋਹਣੇ ਖੱਸੇ ਬੱਕਰੇ। ਜੇ ਚਾਚਾ ਅੱਜ ਕੀ ਪੁੱਠੇ ਦਾ ਰੇਟ ਕੱਢਿਆ ਬਈ ਬੱਕਰੇ ਦਾ? 1,10,000 ਰੁਪਈਆ ਡਿਮਾਂਡ ਕੀਤੀ ਹੈ। ਫਾਈਨਲ ਕਿਤਨੇ ਪੈਸੇ ਦਾ ਵੇਚਣੀ ਹੈ ਬਈ? ਲੱਖ ਤੱਕ ਲਾਟ ਵੇਚਣੀ ਹੈ ਬਈ, ਲੱਖ ਤੱਕ ਲਾਟ ਵੇਚਣੀ ਹੈ ਬਈ ਚਾਚੇ ਨੇ। ਇਹ ਡੇਰੇ ਵਾਲੇ, ਕੋਟਦੂ ਵਾਲੇ ਵਪਾਰੀ ਆ ਗਏ ਬਾਈ, ਇਹ ਵੀ ਛਾ ਗਏ, ਆ ਗਏ, ਛਾ ਗਏ। ਚਾਚਾ ਪਹਿਲਵਾਨ ਹੀ ਖੜਾ ਮਾਸ਼ਾਅੱਲਾ, ਅੱਜ ਬੱਕਰੇ ਨੱਪ ਕੇ ਵੱਡੀਆਂ ਵੱਡੀਆਂ ਲਾਟਾਂ ਮਾਸ਼ਾਅੱਲਾ ਜੀ ਹੁਣ ਸੇਲ ਹੋ ਸਨ ਰਾਜਨਪੁਰੀਆਂ। ਰਾਜਨਪੁਰੀਆਂ ਵੱਡੀਆਂ ਵੱਡੀਆਂ ਲਾਟਾਂ ਅੱਜ ਸੇਲ ਹੋਣਗੀਆਂ ਮਾਸ਼ਾਅੱਲਾ ਜੀ। ਕਿੱਥੇ ਮੰਗੇ, ਕਿੱਥੇ ਮੰਗੇ, ਕਿੱਥੇ ਮੰਗੇ ਪੁੱਠੇ ਦਾ? ਅੱਜ 1,10,000 ਪੁੱਠੇ ਦਾ ਮੰਗਾ, 1,10,000 ਬਈ ਅੱਜ ਪੁੱਠੇ ਦਾ ਮੰਗਾ ਬਈ। ਮਾਸ਼ਾਅੱਲਾ ਜੀ, ਮਾਸ਼ਾਅੱਲਾ। ਸੌਦਾ ਵੱਟਾ ਚੱਲਦਾ ਪਿਆ, ਹੁਣ ਪੁੱਛਦੇ ਕਿਤਨੇ ਦਾ ਸੀ, ਕਿਤਨੇ ਦਾ ਸੌਦਾ ਸੀ? ਹਾਲੇ ਨਹੀਂ ਥੀ ਬਈ, ਰੌਲਾ ਬਣ ਗਿਆ, ਹਾਲੇ ਰੌਲਾ ਬਣ ਗਿਆ। ਕਿਹੜਾ ਬੱਕਰਾ ਕਿੱਦਾਂ? ਦੋਵਾਂ ਦੋ ਬਈ, ਲੱਤਾਂ ਪੇਰ ਦੇਖ ਕੇ, ਦੰਦ ਦੇਖ ਕੇ ਖਰੀਦਦਾਰੀ ਕਰਨੀ ਹੈ। ਸੱਜਣੋ ਮਿੱਤਰੋ, ਇਸ ਚੀਜ਼ ਦਾ ਖਿਆਲ ਤੁਸੀਂ ਆਪ ਰੱਖਣਾ ਬਈ, ਲੱਤਾਂ ਪੇਰ ਦੇਖ ਕੇ, ਦੰਦ ਦੇਖ ਕੇ ਆਪ ਖਰੀਦਦਾਰੀ ਕਰਨੀ ਹੈ ਬਈ। ਸੱਜਣੋ, ਟੱਟੇ ਦੇਖ ਗਿਣਨੇ, ਟੱਟੇ ਬੱਕਰਿਆਂ ਦੇ ਥੱਲੇ ਟੱਟੇ ਹੋਵਣ, ਮਤਲਬ ਬੱਕਰੀ ਬੱਕਰੀ ਗਿਣ ਵੰਜੋ ਰਸ਼ ਦੇ ਵਿੱਚ। ਹਾਂ, ਕਿਤਨੀ ਡਿਮਾਂਡ ਹੈ ਬਈ ਅੱਜ ਪੁੱਠੇ ਦੀ? 80,000 ਬਈ। ਦੁੰਦੇ ਨੇ, ਦੁੰਦੇ ਡੁੰਦੇ ਅਤੇ ਖੱਸੀ ਹੋ ਸਰ ਮੈਂ, ਡੁੰਦੇ ਅਤੇ ਖੱਸੀ ਬੱਕਰੇ ਨੇ ਮਾਸ਼ਾਅੱਲਾ ਸਾਰੇ ਅੱਜ। ਕੁਰਬਾਨੀ ਸੀਜ਼ਨ ਸ਼ੁਰੂ ਹੋ ਗਿਆ ਜਨਾਬ, ਚੌਕ ਆਜ਼ਮ ਦੀ ਮੰਡੀ ਦਾ ਮਾਸ਼ਾਅੱਲਾ ਜੀ ਰੌਣਕਾਂ, ਮੇਲੇ, ਵੱਡੇ ਵੱਡੇ ਰਾਜਨਪੁਰੀ ਬੱਕਰੇ ਮਾਸ਼ਾਅੱਲਾ ਤੁਹਾਨੂੰ ਦੇਖਣ ਨੂੰ ਮਿਲਣਗੇ ਇੱਥੋਂ। ਰੇਟ ਹੀ ਪੁੱਛਦੇ ਪਏ ਜਨਾਬ, ਕੀ ਰੇਟ ਚੱਲ ਰਹੇ ਨੇ, ਇਹ ਸੌਦੇ ਵੱਟੇ ਹੁੰਦੇ ਪਏ ਨੇ ਵਿੱਚ ਵਿੱਚ। ਹਮਾਨ, ਕੀ ਡਿਮਾਂਡ ਕੀਤੀ ਹੈ ਚਾਚਾ ਬਾਈ? ਪੁੱਠੇ ਦੀ ਕੀ ਡਿਮਾਂਡ ਹੈ ਅੱਜ? ਸਾਰੀ ਆਪਣੀ ਲਾਟ ਹੈ? ਕਿਤਨਾ ਮੰਗਦੇ ਪਏ ਹੋ? 85,000 ਰੁਪਈਆ ਛੋਟੇ ਬੱਕਰੇ। 1,10,000 ਰੁਪਈਆ ਬਈ, ਇਹ ਛੋਟੇ ਵੱਡੇ ਬੱਕਰਿਆਂ ਦਾ 1,10,000 ਰੁਪਈਆ। ਇੱਕ ਸੌਦਾ ਵੱਟਾ ਹੋਇਆ ਵੀ ਹੈ ਹੁਣ? ਇਹ ਜਿਹੜੇ ਪੈਸੇ ਪਿਛਲੇ ਲੈਣ ਦੇਣ ਹੀ ਕਵਰ ਹੋ ਰਹੇ ਆ?
ਨਹੀਂ ਲਿਆ ਬੱਕਰਾ। ਕਿਹੜਾ? ਆ ਮੈਂ ਇਹ ਲਿਆ। ਉਹ 90 ਦੀ ਆਵਾਜ਼ ਆ ਰਹੀ ਬਈ, 90 ਦੀ। ਦੇਖਦੇ ਆ ਕੀ ਬਣਦਾ 90 ਦੀ ਆਵਾਜ਼ ਤੇ। ਮਾਸ਼ਾਅੱਲਾ ਜੀ, ਮਾਸ਼ਾਅੱਲਾ, ਅਮਾਨ ਖੈਰ ਹੋਵੇ। ਤੰਬੂ ਲਾਗਣ ਛਾਂ ਦਾ ਬੰਦੋਬਸਤ ਹੋ ਗਿਆ ਜਾਨਵਰਾਂ ਵਾਸਤੇ ਬਈ। ਦੇਰ ਤੱਕ ਜਾਨਵਰ ਮੰਡੀ ਦੇ ਵਿੱਚ ਰਹਿਣਗੇ। ਮਾਸ਼ਾਅੱਲਾ ਜੀ, ਉਹ ਆ ਗਿਆ ਪਿੰਡ ਦੇ ਵਿੱਚ, ਆ ਗਿਆ ਪਿੰਡ ਦੇ ਵਿੱਚ। ਮਾਸ਼ਾਅੱਲਾ ਜੀ, ਕੀ ਡਿਮਾਂਡ ਕੀਤੀ ਅੱਜ ਪੂਰੀ ਲਾਟ? 1,05,000 ਰੁਪਈਆ ਬਈ। ਡੁੰਦੇ ਅਤੇ ਖੱਸੀ ਹੁਸਨ ਬੱਕਰੇ ਸਾਰੇ ਮਾਸ਼ਾਅੱਲਾ ਜੀ, ਡੁੰਦੇ ਅਤੇ ਖੱਸੀ ਬੱਕਰੇ 1,05,05,10,10,000 ਰੁਪਈਆ ਡਿਮਾਂਡ ਕੀਤੀ ਸੀ ਡੁੰਦੇ ਅਤੇ ਖੱਸੀ ਬੱਕਰੇ ਦੀ। ਮਾਸ਼ਾਅੱਲਾ ਜੀ, ਜਿਹਨਾਂ ਦੋਸਤਾਂ ਨੇ ਖਰੀਦਦਾਰੀ ਕਰਨੀ ਹੈ ਚੌਕ ਆਜ਼ਮ ਦੀ ਮੰਡੀ ਤੋਂ, ਲਾਜ਼ਮੀ ਵਿਜ਼ਿਟ ਕਰੇ। ਸੋ ਬਰੋਜ਼ ਮੰਗਲ ਇਹ ਮੰਡੀ ਲੱਗਦੀ ਹੈ ਜੀ, ਬਰੋਜ਼ ਮੰਗਲ। ਛੋਟੀਆਂ ਵੱਡੀਆਂ ਲਾਟਾਂ ਹਰ ਕਿਸਮ ਦੀ ਲਾਟ ਤੁਹਾਨੂੰ ਇੱਥੋਂ ਦੇਖਣ ਨੂੰ ਮਿਲ ਸਕਦੀ ਹੈ। ਮਾਸ਼ਾਅੱਲਾ ਜੀ, ਚੈੱਕ ਕਰਕੇ ਬੱਕਰੇ, ਚੈੱਕ ਕਰਕੇ ਕੁਆਲਿਟੀ ਵਾਲੇ। ਮਾਸ਼ਾਅੱਲਾ ਜੀ, ਭਰੇ ਹੋਏ ਬੱਕਰੇ, ਭਰੇ ਹੋਏ ਜਿਸਮਾਂ ਵਾਲੇ ਬੱਕਰੇ। ਮਾਸ਼ਾਅੱਲਾ ਜੀ, ਵੱਡੇ ਵੱਡੇ ਬੱਕਰੇ ਆ ਗਏ। ਕਿੰਨੇ ਕਿੰਨੇ ਦਾ ਪੁੱਠਾ ਅੱਜ ਬਈ? ਆਪਣਾ ਨਹੀਂ ਜੋੜੇ ਦਾ ਕੀ ਮੰਗਿਆ ਬਈ? 1,50,000 ਰੁਪਈਆ ਬਈ, ਜੋੜੇ ਦਾ 1,50,000 ਰੁਪਈਆ ਸੱਜਣ ਨੇ ਮੰਗਿਆ। 1,50,000 ਰੁਪਈਆ ਡਿਮਾਂਡ ਹੈ। ਮਾਸ਼ਾਅੱਲਾ ਜੀ, ਦੁੰਦੇ ਅਤੇ ਖੱਸੀ ਬੱਕਰੇ, ਦੁੰਦੇ ਅਤੇ ਖੱਸੀ ਬੱਕਰੇ ਨੇ 1,50,000 ਰੁਪਈਆ ਡਿਮਾਂਡ ਹੈ। ਵੱਡੇ ਵੱਡੇ ਬੱਕਰਿਆਂ ਦੇ ਸੌਦੇ ਵੱਟੇ ਚੱਲਦੇ ਪਏ ਨੇ। ਮਾਸ਼ਾਅੱਲਾ ਜੀ, ਐਂਟਰੀ ਮਾਰ ਦਿੱਤੀ ਹੈ ਬਈ। ਅਮਾਨ ਖੈਰ ਹੋਵੇ। ਬੱਕਰੇ ਦੀ ਟੋਰ ਵਿਖਾ ਬਈ ਸੱਜਣਾ ਨੂੰ। ਮਾਸ਼ਾਅੱਲਾ ਜੀ, ਸੋਹਣਾ ਸੋਹਣਾ ਬੱਕਰਾ। ਇਹ ਲਾਟ ਦਾ ਸੌਦਾ ਹੁੰਦਾ ਪਿਆ ਵੀ, ਉਹ ਵੀ ਤੁਹਾਨੂੰ ਸ਼ੇਅਰ ਕਰਦੇ ਹਾਂ ਵੀ ਲਾਟ ਦਾ ਸੌਦਾ ਵੀ ਹੁੰਦਾ ਪਿਆ। ਇਹ ਪਰ ਸੌਦਾ ਹੋ ਰਿਹਾ, ਉੱਤੋਂ ਮੌਕੇ ਦੇ ਉੱਤੋਂ ਫੜਦੇ ਹਾਂ ਕੀ ਡਿਮਾਂਡ ਕੀਤੀ ਹੈ ਅਤੇ ਕਿੰਨੇ 'ਚ ਫਾਈਨਲ ਸੌਦਾ ਹੋ ਰਿਹਾ। ਇਹ ਲਾਟ ਦਾ ਕੀ ਮੰਗਿਆ? ਕੀ ਮੰਗਿਆ ਪੁੱਠੇ ਦਾ? 1,45,000 ਰੁਪਈਆ ਬਈ। ਦੁੰਦੇ ਖੱਸੇ ਬੱਕਰੇ, ਮਾਸ਼ਾਅੱਲਾ ਜੀ, ਦੁੰਦੇ ਅਤੇ ਚੌਕੇ ਆਉਣਗੇ। ਵਜ਼ਨ ਵਾਲੇ ਬੱਕਰੇ ਨੇ ਮਾਸ਼ਾਅੱਲਾ ਜੀ, ਵਜ਼ਨ ਵਾਲੇ ਵੱਡੇ ਬੱਕਰੇ ਨੇ। ਆਮਾਨ ਖੈਰ, ਖੈਰ ਢੋਲੇ ਦੀ, ਖੈਰ ਢੋਲੇ ਦੀ, ਖੈਰ ਢੋਲੇ ਦੀ। ਦਲਾਲਾਂ ਦੇ ਖਿਆਲ ਕਰਕੇ ਬਈ, ਦਲਾਲਾਂ ਕੋ ਰੋਜ਼ੀ ਸ਼ੋਜ਼ੀ ਦੇਸੋ ਤਾਂ ਤੁਹਾਡੇ ਨਾਲ ਸੌਦੇ ਵੱਟੇ ਸਹੀ ਹੋ ਸਨ। ਐਂ ਹੁਣ ਸੌਦਾ ਵੱਟਾ ਹੁੰਦਾ ਪਿਆ, ਦੇਖੋ ਵੀ ਲਾਹੌਰ ਦੀ ਪਾਰਟੀ ਲੱਗੀ ਹੋਈ ਹੈ, ਕਿੰਨੇ 'ਚ ਫਾਈਨਲ ਡਨ ਹੁੰਦੀ ਹੈ ਡੀਲ, ਪੁੱਛਦੇ ਹਾਂ ਜੀ। ਚੈੱਕ ਕਰਕੇ ਬਈ, ਚੈੱਕ ਕਰਕੇ, ਚੈੱਕ ਕਰਕੇ ਬਈ, ਤਸੱਲੀ ਨਾਲ। ਨਹੀਂ ਬਣਿਆ ਸੌਦਾ ਬਈ, ਕਮਿਸ਼ਨ ਦਾ ਰੌਲਾ ਬਣ ਗਿਆ। ਕਿਤਨਾ ਮੰਗਿਆ, ਡਿਮਾਂਡ ਕੀਤੀ ਹੈ ਬਈ? ਸੌਦਾ ਹੋ ਗਿਆ? ਕੋਈ ਨਹੀਂ, ਹਾਲੇ ਹਾਲੇ ਕੋਈ ਨਹੀਂ ਹੋਇਆ। ਮੰਗਾ ਕਿਤਨਾ ਕਿਤਨਾ ਹੈ ਪੁੱਠੇ ਦਾ ਰੇਟ? 1,05,05,000 ਰੁਪਏ ਹੈਂ। ਲੈ ਵੀ ਹਾਲੇ ਸੌਦਾ ਹੋਇਆ ਕੋਈ ਨਹੀਂ, ਡਿਮਾਂਡ ਹੁੰਦੀ ਪਈ ਹੈ। ਮਾਸ਼ਾਅੱਲਾ ਜੀ, ਕਿਤਨੇ ਬੱਕਰਿਆਂ ਸੌਦਾ ਬਣਦਾ ਪਿਆ? ਤਿੰਨ ਤਾਂ ਦੋ, ਪੰਜਾਂ ਦਾ ਸੌਦਾ ਬਣਦਾ ਪਿਆ ਬਈ। ਪੰਜਾਂ ਬੱਕਰਿਆਂ ਦਾ ਸੌਦਾ ਬਣਦਾ ਪਿਆ, ਦੇਖੋ ਕਿਤਨੇ 'ਚ ਡੀਲ ਫਾਈਨਲ ਆਉਂਦੀ ਹੈ ਬਈ। ਕੀ ਹਾਲ ਹੈ ਜੀ, ਖੈਰੀਅਤ ਹੈ?
ਪੰਜ ਬੱਕਰਿਆਂ ਦਾ ਸੌਦਾ ਕਰ ਰਹੇ ਹੋ? ਕਿਹੜੀ ਜਗ੍ਹਾ ਤੋਂ ਆਏ ਹੋ ਜੀ? ਫੈਸਲਾਬਾਦ ਤੋਂ ਜੀ। ਫੈਸਲਾਬਾਦ ਤੋਂ ਖਰੀਦਦਾਰੀ ਕਰਨ ਵਾਸਤੇ ਮਾਸ਼ਾਅੱਲਾ ਜੀ ਚੌਕ ਆਜ਼ਮ ਦੀ ਮੰਡੀ ਤੇ ਆਏ ਨੇ। ਪੰਜ ਬੱਕਰੇ ਲੈ ਕੇ ਜਾ ਰਹੇ ਨੇ, ਦੁੰਦੇ ਖੱਸੇ ਬੱਕਰੇ ਮਾਸ਼ਾਅੱਲਾ ਜੀ। ਹਾਲੇ ਰੇਟ ਫਾਈਨਲ ਨਹੀਂ ਹੋਇਆ, ਫਾਈਨਲ ਹੋਏਗਾ ਇਨਸ਼ਾਅੱਲਾ ਤੁਹਾਡੇ ਨਾਲ ਸ਼ੇਅਰ ਕਰਦੇ ਜੀ। 1,55,000 ਰੁਪਏ।